ਕਹਿੰਦਾ ਅਤੇ ਤੁਸੀਂ ਉਹਨਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅਜੇ ਹੁਕਮ ਦਿੰਦਾ ਹਾਂ ਸੱਜੇ ਖੱਬੇ ਨਾ ਮੁੜੋ ਕਿ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰੋ। ਹਾਲੇਲੂਇਆ। ਕਹਿੰਦੇ ਸੱਜੇ ਖੱਬੇ ਨਹੀਂ ਦੇਖਣਾ ਗਾ, ਇੱਕ ਪਰਮੇਸ਼ਰ ਕੌਣ ਹੈ? ਇੱਕੋ ਹੀ ਪਰਮੇਸ਼ਰ ਹੈ। ਹਾਲੇਲੂਇਆ। ਉਸੇ ਦੀ ਮੰਨਣੀ ਹੈ, ਉਸੇ ਦੇ ਆਪਾਂ ਅੱਗੇ ਝੁਕਣਾ ਮੈਂ। ਹਾਲੇਲੂਇਆ। ਅੱਗੇ ਅੰਗੂਣੀ ਵੀ ਮੈਂ ਪਰਮੇਸ਼ਰ 'ਚ ਵੀ ਆਈ ਜਾਂਦਾ, ਮੈਂ ਜਾ ਕੇ ਮੱਟੀਆਂ 'ਤੇ ਮੱਥੇ ਟੇਕੀ ਜਾਣਾ, ਮੈਂ ਇੱਥੇ ਵੀ ਆਈ ਜਾਂਦਾ, ਮੈਂ ਟੂਣੇ ਵੀ ਕਰੀ ਜਾਂਦਾ, ਉਹ ਕੰਮ ਆਪਾਂ ਨਹੀਂ ਕਰਨੇ। ਹਾਲੇਲੂਇਆ। ਜਦੋਂ ਆਪਾਂ ਪਰਮੇਸ਼ਰ ਜਾ ਕੇ ਆਪਾਂ ਪਰਮੇਸ਼ਰ ਵਾਲੇ ਕੰਮ ਹੀ ਕਰਨੇ ਆ। ਜੇ ਕਹਿੰਦਾ ਫਿਰ ਤੁਹਾਡੇ ਲਈ ਕਹਿੰਦਾ ਮੈਂ ਕੀ ਕਰੂੰਗਾ, ਤੁਹਾਨੂੰ ਜਿਹੜੀਆਂ ਮੈਂ ਬਰਕਤਾਂ ਲਿਖੀਆਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਹਾਲੇਲੂਇਆ। ਜਿਹੜਾ ਪੜਿਆ ਵੀ ਹੈ ਤੁਹਾਡੇ 'ਚੋਂ, ਆ ਗਾਂਹ ਜਾ ਕੇ ਵੀ ਵੇਖ ਲਓ, ਬੇਮੁੱਖ ਜੇ ਆਪਾਂ ਹੋਵਾਂਗੇ ਤਾਂ ਆਪਾਂ ਨੂੰ ਸਰਾਫ ਕਿੰਨੇ ਆਉਣੇ, ਇਹ ਵੀ ਜਾ ਕੇ ਤੁਸੀਂ ਘਰ ਜਾ ਕੇ ਪੜ੍ਹ ਸਕਦੇ ਹਾਂ। ਹਾਲੇਲੂਇਆ। ਪਰਮੇਸ਼ੁਰ ਤੋਂ ਜਦੋਂ ਆਪਾਂ ਆ ਕੇ ਆਪਾਂ ਸੱਚਮੁੱਚ ਪਿੱਛੇ ਨੂੰ ਕਈ ਹੋ ਜਾਂਦੇ ਆ, ਉਹਨਾਂ ਦਾ ਹਾਲ ਫਿਰ ਪਹਿਲਾਂ ਨਾਲੋਂ ਹੀ ਬੁਰਾ ਹੋ ਜਾਂਦਾ। ਹਾਲੇਲੂਇਆ। ਉਦੋਂ ਤਾਂ ਉਹ ਲੱਗ ਜਾਂਦੇ ਰਿਸ਼ਤੇਦਾਰਾਂ ਮਗਰ ਲੱਗ ਗਏ ਜਾਂ ਕਿਸੇ ਵੀ ਮਗਰ ਲੱਗ ਗਏ, ਫਿਰ ਪਿੱਛੋਂ ਉਹਨਾਂ ਦਾ ਹਾਲ ਬਹੁਤ ਬੁਰਾ ਹੋ ਜਾਂਦਾ। ਇਸ ਤਰ੍ਹਾਂ ਜੇ ਆਪਾਂ ਨੂੰ ਪਰਮੇਸ਼ੁਰ ਨੇ ਚੁਣਿਆ ਵੈ, ਉਹਨੇ ਵੀ ਕੋਈ ਉਹਦੀ ਕੋਈ ਮਰਜ਼ੀ ਹੋਊ ਆਪਾਂ ਨੂੰ ਚੁਣਿਆ ਵੈ। ਹਾਲੇਲੂਇਆ। ਆਪਣੇ ਲਈ ਕੋਈ ਵੱਖਰਾ ਰੱਖਿਆ ਹੋ ਤਾਂ ਆਪਾਂ ਨੂੰ ਚੁਣਿਆ ਵੈ ਨਹੀਂ। ਬਹੁਤ ਦੁਨੀਆ ਔਖੀ ਪਈ ਹੈ, ਜੇ ਆਪਾਂ ਪਰਮੇਸ਼ੁਰ 'ਚ ਆ ਗਏ ਪਰਮੇਸ਼ੁਰ ਤੋਂ ਆਪਾਂ ਕੀ ਕਰਨਾ, ਉਹਦੇ ਨਾਲ ਜੁੜੇ ਰਹਿਣਾ, ਦੂਰ ਨਹੀਂ ਜਾਣਾ। ਹਾਲੇਲੂਇਆ। ਹਾਲੇਲੂਇਆ। 6 ਦਿਨ ਕੰਮ ਕਰਿਆ ਕਰੋ, ਉਹ ਕਹਿੰਦਾ ਕੰਮ ਕਰੋ ਭਲਾ ਰਾਤ ਨੂੰ ਵੀ ਕਰਿਆ ਕਰੋ। 7ਵਾਂ ਦਿਨ ਪਰਮੇਸ਼ੁਰ, ਜਿੱਦਣ ਤੁਸੀਂ ਸੱਚਮੁੱਚ ਤੁਸੀਂ ਵੇਖ ਲਓ, ਜਮਾ ਕੇ ਦੇਖ ਲਓ, ਤੁਸੀਂ 7 ਵਾਰੀ ਚੱਲ ਬਾਹਲਾ ਨਹੀਂ ਤਾਂ 7 ਵਾਰੀ ਲਗਾਤਾਰ ਤੁਸੀਂ ਜਦੋਂ ਪਰਮੇਸ਼ੁਰ ਦੀ ਬੰਦਗੀ 10:30 ਸ਼ੁਰੂ ਤੋਂ ਉਦੋਂ ਇੱਥੇ ਬੈਠੋ ਆ ਕੇ ਪਹਿਲੀ ਪ੍ਰਾਰਥਨਾ 'ਚ ਹਾਜ਼ਰ ਹੋਵੋ, ਤੁਹਾਡੇ ਕੰਮ ਕਿਵੇਂ ਨਾ ਹੋਣਗੇ, ਹੁੰਦੇ ਆ ਕੰਮ। ਹਾਲੇਲੂਇਆ। ਜਦੋਂ ਆਪਾਂ ਕਹਿ ਦਿੰਦੇ ਪਰਮੇਸ਼ੁਰ ਚੱਲ ਕੋਈ ਨਹੀਂ ਜਾ ਵੜਾਂਗੇ, ਕੁਛ ਨਹੀਂ ਹੁੰਦਾ, ਕਿਹੜਾ ਪਰਮੇਸ਼ੁਰ ਵੇਂਦਾ, ਉਹ ਤਾਂ ਐਵੇਂ ਬੋਲੀ ਜਾਂਦੀ ਰਹਿੰਦੀ, ਆਪੇ ਹਟ ਜੂ ਬੋਲ ਕੇ। ਨਹੀਂ, ਅਸੀਂ ਆਪਦੇ ਆਪਣੇ ਬੋਲਦੇ, ਅਸੀਂ ਬਾਈਬਲ ਦੇ ਵਿੱਚੋਂ ਬਚਨ ਕੱਢ ਕੇ ਬੋਲਦੇ ਹਾਂ। ਹਾਲੇਲੂਇਆ। ਹਾਲੇਲੂਇਆ। ਆਪਾਂ ਹਰ ਥਾਂ ਕਿਸੇ ਦੀਆਂ ਹਰ ਥਾਂ ਹੀ ਹਦਾਇਤਾਂ ਰੱਖੀਆਂ ਹੁੰਦੀਆਂ, ਆਪਾਂ ਕਿਤੇ ਜਾ ਵੜੋ ਹਦਾਇਤਾਂ ਅੱਡੋ ਅੱਡੀ ਸਭ ਦੀਆਂ ਰੱਖੀਆਂ ਹੁੰਦੀਆਂ। ਹਾਲੇਲੂਇਆ। ਜੇ ਬੱਚਾ ਸਕੂਲ ਭੇਜਦਾ ਉੱਥੇ ਵੀ ਹਦਾਇਤਾਂ ਹੁੰਦੀਆਂ, ਉਹ ਕਹਿੰਦੇ ਆ ਤੂੰ 9 ਵਜੇ ਤੈਨੂੰ ਛੁੱਟੀ ਮਿਲਣੀ, 9 ਵਜੇ ਸਕੂਲ ਆਉਣਾ, 9 ਵਜੇ ਖਾਣਾ ਖਾਣਾ, 9 ਵਜੇ ਪੜ੍ਹਨਾ, ਉਹਨਾਂ ਦੀ ਆਪਾਂ ਹਦਾਇਤਾਂ ਮੰਨਦੇ ਹਾਂ, ਉਹ ਫਿਰ ਪੜ੍ਹ ਕੇ ਕੁਛ ਬਣਦਾ ਵੈ। ਹਾਲੇਲੂਇਆ। ਜੇ ਆਪਾਂ ਕਹੀਏ ਬੱਚੇ ਨੂੰ ਭੇਜ ਦਿਓ, ਉੱਥੇ ਮਾਸਟਰ ਵੀ ਨਾ ਹੋਣ, ਕੋਈ ਪੜ੍ਹਾਉਣ ਵਾਲਾ ਵੀ ਨਾ, ਕੋਈ ਸਿਖਾਉਣ ਵਾਲਾ ਵੀ ਨਾ ਹੋਵੇ, ਤਾਂ ਬੱਚਾ ਉੱਥੇ ਕੀ ਸਿੱਖੂਗਾ? ਉਹ ਜਿਵੇਂ ਜਾਊਗਾ ਉਵੇਂ ਮੁੜ ਆਊਗਾ। ਹਾਲੇਲੂਇਆ। ਇਸ ਤਰ੍ਹਾਂ ਫੌਜੀ ਆ, ਉਹਨਾਂ ਦੀ ਵੀ ਕੁਛ ਹੁੰਦੀਆਂ ਹਦਾਇਤਾਂ ਹੁੰਦੀਆਂ ਵੈ, ਉਹ ਵੀ ਆਪਦੀਆਂ ਪੂਰੀਆਂ ਕਰਦੇ ਆ। ਹਾਲੇਲੂਇਆ। ਆਪਾਂ ਤਾਂ ਪਰਮੇਸ਼ੁਰ ਦੀਆਂ ਹਦਾਇਤਾਂ ਪੂਰੀਆਂ ਕਰਨੀਆਂ, ਲੋਕ ਇਨਸਾਨਾਂ ਦੀਆਂ ਕਰਦੇ, ਆਪਾਂ ਤਾਂ ਪਰਮੇਸ਼ੁਰ ਦੀਆਂ ਕਰਨੀਆਂ। ਹਾਲੇਲੂਇਆ। ਪਰਮੇਸ਼ੁਰ ਦੇ ਭੈ ਦੇ ਵਿੱਚ ਜਿਹੜਾ ਵੀ ਕੰਮ ਕਰਨਾ, ਚਾਹੇ ਛੋਟਾ ਵੱਡਾ ਕੰਮ ਨਹੀਂ, ਕੋਈ ਵੀ ਮਾੜਾ ਹੁੰਦਾ ਕਰਨਾ ਵੈ, ਪਰਮੇਸ਼ੁਰ ਦੇ ਭੈ ਦੇ ਵਿੱਚ ਰਹਿ ਕੇ ਕਰਨਾ। ਹਾਲੇਲੂਇਆ। ਪਰਮੇਸ਼ੁਰ ਤੋਂ ਡਰਨਾ ਵੈ, ਹਰ ਵਕਤ ਪਰਮੇਸ਼ੁਰ ਤੋਂ ਡਰਨਾ ਵੈ। ਪਰਮੇਸ਼ੁਰ ਜੀ ਮਿੱਥੋਂ ਵਿੱਚ ਕੋਈ ਮਾੜਾ ਕੰਮ ਨਾ ਹੋ ਜਾਵੇ, ਪਰਮੇਸ਼ੁਰ ਅੱਜ ਮਿੱਥੋਂ ਮੈਨੂੰ ਬਚਾ ਕੇ ਰੱਖੀ, ਸੁਬਹ ਉੱਠ ਕੇ ਆਪਦਾ ਪਰਮੇਸ਼ੁਰ ਨੂੰ ਸੌਂਪ ਦਿਆ ਕਰੋ। ਹਾਲੇਲੂਇਆ। ਪਰਮੇਸ਼ੁਰ ਚਲਾਊਗਾ, ਆਪਾਂ ਨੂੰ ਨਹੀਂ ਆਪਦੇ ਘਰ ਦੀ ਚਿੰਤਾ, ਪਰਮੇਸ਼ੁਰ ਨੂੰ ਹਰੇਕ ਦੀ ਚਿੰਤਾ ਵੈ। ਉਹ ਕਹਿੰਦਾ ਸਾਰਾ ਬੋਝ ਮੇਰੇ 'ਤੇ ਸੁੱਟ ਦਿੱਤਾ, ਸਿੱਟਤਾ ਤਾਂ ਫਿਰ ਚਿੰਤਾ ਕਾਹਦੀ ਕਰਨੀ ਹੈ? ਕੋਈ ਆਪਾਂ ਕੂੜਾ ਸਿੱਟਣਾ, ਰੂੜੀ ਦੇ ਮੁੜ ਕੇ ਜਾ ਕੇ ਫਿਰ 'ਚ ਟੋਕਰਾ ਭਰ ਲਿਆਉਣਾ, ਮੈਂ ਚੱਕ ਲਿਆਵਾਂ ਘਰੇ, ਲਿਆਉਣੇ ਕੋਈ ਲਿਆਉਂਦਾ ਚੱਕ ਕੇ? ਨਹੀਂ ਲਿਆਉਂਦਾ। ਆਪਾਂ ਨੂੰ ਪਤਾ ਸਿੱਟੇ ਆਉਂਦਾ ਤਾਂ ਸਿੱਟੇ ਆਉਂਦਾ। ਹਾਲੇਲੂਇਆ। ਇਸ ਤਰ੍ਹਾਂ ਜਦੋਂ ਆਪਾਂ ਸਾਰੇ ਬੋਝ ਪਰਮੇਸ਼ੁਰ 'ਤੇ ਸੁੱਟਤੇ, ਉਹਨਾਂ ਨੂੰ ਆਪਾਂ ਵੇਖਣਾ ਨਹੀਂ ਗਾ ਵੀ ਹੁਣ ਹਲਕੇ ਹੋ ਜਾਇਆ ਕਰੋ, ਪਰਮੇਸ਼ੁਰ ਦਾ ਪਰਮੇਸ਼ੁਰ ਮੈਂ ਤਾਂ ਸਭ ਕੁਛ ਤੇਰੇ ਅੱਗੇ ਸੌਂਪਤਾ ਵੈ। ਹਾਲੇਲੂਇਆ। ਇਹ ਵੀ ਮੇਰਾ ਘਰ ਵੀ ਤੂੰ ਹੀ ਸਵਾਰਨਾ, ਮੇਰੇ ਬੱਚੇ ਵੀ ਤੂੰ ਹੀ ਸਵਾਰਨੇ ਹੈ, ਮੇਰਾ ਕਾਰੋਬਾਰ ਵੀ ਤੂੰ ਹੀ ਚਲਾਉਣਾ, ਸਭ ਕੁਛ ਤੇਰੇ ਵਾਸਤੇ ਹੈ, ਪਰਮੇਸ਼ੁਰ ਮੇਰੇ ਵਾਸਤੇ ਕੁਛ ਨਹੀਂ ਗਾ। ਹਾਲੇਲੂਇਆ। ਸਵਾਰੂ ਵੀ ਫੇਰ ਹੀ ਜੇ ਆਪਾਂ ਵੀ ਕਰਨਾ ਪਰਮੇਸ਼ੁਰ ਲਈ ਕੁਛ, ਐਂ ਨਹੀਂ ਵੀ ਆਪਾਂ ਅੰਦਰ ਜਿੰਦਾ ਲਾ ਕੇ ਕੁੰਡਾ ਲਾ ਕੇ ਪੈ ਗਏ, ਪਰਮੇਸ਼ੁਰ ਤੂੰ ਮੇਰਾ ਕੰਮ ਕਰ ਮੈਂ ਪਿਆ, ਨਹੀਂ।
ਰੋਟੀ ਪਕਾਉਣ ਨੂੰ ਕਿੰਨੇ ਟੱਕਰਾਂ ਮਾਰੀਆਂ ਪੈਂਦੀਆਂ, ਫਿਰ ਉਹ ਪੱਕਦੀ ਆ, ਫਿਰ ਵੀ ਤੋੜ ਕੇ ਮੂੰਹ 'ਚ ਪਾਉਣੀ ਪੈਂਦੀ ਆ। ਹਾਲੇਲੂਆ। ਇਸ ਤਰ੍ਹਾਂ ਆਪਾਂ ਵੀ ਪਰਮੇਸ਼ੁਰ ਲਈ ਕਰਨਾ, ਪਰਮੇਸ਼ੁਰ ਨੂੰ ਟਾਈਮ ਦੇਣਾ ਵੈ। ਸਭ ਨੂੰ ਪਰਮੇਸ਼ੁਰ ਨੇ 12-12 ਘੰਟੇ ਦਿੱਤੇ ਆ, ਪਰਮੇਸ਼ੁਰ ਲਈ 2 ਘੰਟੇ ਕੱਢਿਆ ਕਰੋ। ਹਾਲੇਲੂਆ। ਜਦੋਂ ਟਾਈਮ ਲੱਗੇ, ਕੋਈ ਕੰਮ ਕਾਰ ਤੋਂ ਟਾਈਮ ਲੱਗੇ, ਉਦੋਂ ਪਰਮੇਸ਼ੁਰ ਤੋਂ ਬਹਿ ਜਾ ਕਰੋ 10 ਮਿੰਟ, ਉਹਦੇ ਸਾਹਮਣੇ ਉਹਦੇ ਨਾਲ ਵੀ ਗੱਲਬਾਤ ਕਰ ਲਿਆ ਕਰੋ। ਹਾਲੇਲੂਆ। ਜੇ ਆਪਣਾ ਪਿਓ ਇਕੱਲਾ ਹੀ ਮੰਜੇ 'ਤੇ ਬੈਠੋ ਅਤੇ ਕੋਈ ਸੁਣੇ ਹੀ ਨਾ, ਆਪਾਂ ਕੰਮ 'ਚ ਹੀ ਖੁੱਭੇ ਰਹੀਏ, ਉਹਨੂੰ ਗੁੱਸਾ ਚੜੂਗਾ ਕਿ ਨਹੀਂ ਚੜਦਾ ਗਾ? ਚੜੂਗਾ। ਉਹ ਮੇਰੇ ਤਾਂ ਸੁਣਦਾ ਹੀ ਨਹੀਂ, ਉਹ ਆਪ ਮਾਰੀ ਭੱਜਿਆ ਫਿਰਦਾ। ਨਹੀਂ, ਆਪਾਂ ਪਰਮੇਸ਼ੁਰ ਦੇ ਅੱਗੇ ਵੀ ਬਹਿਣਾ ਵੈ, ਆਪਾਂ ਉਹਦੀ ਵੀ ਸੁਣਨੀ ਆ, ਆਪਦੇ ਵੀ ਦੁੱਖ ਪਰਮੇਸ਼ੁਰ ਨੂੰ ਦੱਸਣੇ। ਹਾਲੇ ਲਈ ਆ।